ਐਜੀਪੀਸੀ ਨੇ ਗੁਰੂ ਨਾਨਕ ਦੇਵ ਜੀ ਨੂੰ ਅਭੈ ਮੁਦਰਾ ਨਾਲ ਜੁੜਨ ਦਾ ਨੋਟਿਸ ਲਿਆ ਹੈ। ਇਹ ਅਭੈ ਮੁਦਰਾ ਨਹੀਂ, ਇਹ ਓਂਕਾਰ ਦਾ ਸੰਦੇਸ਼ ਹੈ। ਐਜੀਪੀਸੀ ਦਾ ਬਿਆਨ ਸਾਹਮਣੇ ਆਇਆ ਹੈ। ਐਜੀਪੀਸੀ ਨੇ ਕਿਹਾ ਹੈ ਕਿ ਗੁਰੂ ਜੀ ਦਾ ਕੋਈ ਵੀ ਆਸਣ ਜਾਂ ਮੁਦਰਾ ਦਾ ਕੋਈ ਸਿਧਾਂਤ ਨਹੀਂ ਹੈ। ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਸਿਆਸੀ ਬਹਿਸ ਦਾ ਹਿੱਸਾ ਨਾ ਬਣਾਇਆ ਜਾਵੇ। ਸਪੀਕਰ ਸਾਹਿਬ ਅੱਗੇ ਤੋਂ ਅਜਿਹੀ ਕੋਈ ਇਜਾਜ਼ਤ ਨਾ ਦੇਣ। ਐਜੀਪੀਸੀ ਦੇ ਵੱਲੋਂ ਇਸਦਾ ਸਖ਼ਤ ਨੋਟਿਸ ਲਿਆ ਗਿਆ ਹੈ। ਸਿਆਸੀ ਲੋਕ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੀ ਗਲਤ ਵੇਖਿਆ ਵਿਆਖਿਆ ਕਰਦੇ ਨੇ, ਐਜੀਪੀਸੀ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ। ਦੱਸ ਦਈਏ ਕਿ ਸੰਸਦ 'ਚ ਰਾਹੁਲ ਗਾਂਧੀ ਦੇ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਵਿਖਾਉਣ ਦਾ ਜੋ ਨੋਟਿਸ ਹੈ ਉਹ ਲਿਆ ਗਿਆ ਹੈ। ਲੀਡਰ ਆਫ ਆਪੋਜੀਸ਼ਨ ਬਕਾਇਦਾ ਉਹਨਾਂ ਦੇ ਵੱਲੋਂ ਲੋਕ ਸਭਾ 'ਚ ਸਪੀਚ ਦਿੱਤੀ ਗਈ ਸੀ, ਜਿੱਥੇ ਕਿ ਤਮਾਮ ਗੁਰੂਆਂ ਦੀਆਂ ਵੱਖ ਵੱਖ ਧਰਮਾਂ ਦੇ ਗੁਰੂਆਂ ਦੀਆਂ ਤਸਵੀਰਾਂ ਉਹਨਾਂ ਦੇ ਵੱਲੋਂ ਸੰਸਦ ਭਵਨ 'ਚ ਵਿਖਾਈਆਂ ਗਈਆਂ ਸੀ, ਲੋਕ ਸਭਾ 'ਚ ਵਿਖਾਈਆਂ ਗਈਆਂ ਸੀ, ਜਿਸਦਾ ਕਿ ਨੋਟਿਸ ਹੁਣ ਐਸਜੀਪੀਸੀ ਦੇ ਵੱਲੋਂ ਲਿਆ ਗਿਆ ਹੈ। ਮੇਰੇ ਨਾਲ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਫੋਨ ਲਾਈਨ 'ਤੇ ਜੁੜੇ ਹੋਏ ਨੇ। ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ 'ਤੇ। ਰਾਹੁਲ ਗਾਂਧੀ ਦੇ ਵੱਲੋਂ ਲੋਕ ਸਭਾ 'ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਵਿਖਾਈ ਗਈ ਸੀ ਅਤੇ ਉਸ ਤਸਵੀਰ ਨੂੰ ਅਭੈ ਮੁਦਰਾ ਨਾਲ ਜੋੜਿਆ ਗਿਆ ਸੀ, ਜਿਸਦਾ ਕਿ ਨੋਟਿਸ ਹੁਣ ਐਸਜੀਪੀਸੀ ਵੱਲੋਂ ਲਿਆ ਗਿਆ ਹੈ। ਦੇਖੋ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਬਹੁਤ ਵੱਡਾ ਫਲਸਫਾ ਵਾ ਜੀ। ਇਹਨਾਂ ਨੂੰ ਜਾਣਨਾ, ਜੇ ਕੋਈ ਜਾਣਦਾ ਵਾ ਉਹ ਕਿਸਮਤ ਵਾਲਾ, ਜਾਣਨ ਤੋਂ ਬਾਅਦ ਇਹਨਾਂ ਦੇ ਦਿੱਤੇ ਮਾਰਗ 'ਤੇ ਚੱਲਣਾ ਉਦੋਂ ਵੱਡੀ ਕਿਸਮਤ ਵਾਲਾ। ਸਭ ਤੋਂ ਵੱਡੀ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਵੱਖਰੀ ਦੁਨੀਆ ਦੇ ਅੰਦਰ ਗੱਲ ਲਿਆਂਦੀ ਹੈ ਕਿ ਕਿਸੇ ਵੀ ਧਰਮ ਦਾ ਵਿਰੋਧ ਨਹੀਂ ਕੀਤਾ, ਪਰ ਉਸ ਨੂੰ ਧਰਮ ਨੂੰ ਮੰਨਣ ਵਾਲਿਆਂ ਨੂੰ ਉਹਨਾਂ ਨੇ ਕਿਹਾ ਕਿ ਤੂੰ ਜੇ ਹਿੰਦੂ ਹੈ ਤਾਂ ਸੱਚਾ ਹਿੰਦੂ ਬਣ ਕੇ, ਮੁਸਲਮਾਨ ਸੱਚਾ ਮੁਸਲਮਾਨ ਬਣ, ਸਭ ਧਰਮਾਂ ਦਾ ਸਤਿਕਾਰ ਕੀਤਾ। ਜੇ ਦੂਸਰੇ ਧਰਮ ਹੈ ਉਹਨਾਂ ਦੇ ਧਾਰਮਿਕ ਸਥਾਨਾਂ ਤੇ ਵੀ ਗਏ। ਗੁਰੂ ਸਾਹਿਬ ਇੱਕ ਫਲਸਫਾ ਵਾ, ਇਹਨਾਂ ਨੂੰ ਕੋਈ ਮੁਦਰਾ ਕਹਿਣਾ ਜਾਂ ਹੋਰ ਕਹਿਣਾ, ਮੈਨੂੰ ਲੱਗਦਾ ਕਿ ਇਹ ਇਹਨਾਂ ਦੀ ਇਹ ਜਿਵੇਂ ਇੱਕ ਅਣਜਾਣਪੁਣਾ ਵਾ। ਦੇਖੋ, ਗੁਰੂ ਦਾ ਸਤਿਕਾਰ ਹਰ ਬੰਦਾ ਕਰੇ, ਪਰ ਇਸ ਨੂੰ ਆਪਣੀਆਂ ਜਿਹੜੀਆਂ ਤੁਹਾਡੀਆਂ ਨਿੱਕੀ ਬਹਿਸਾਂ ਵਾ, ਜਿਵੇਂ ਪਾਰਲੀਮੈਂਟ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਜ਼ਿਕਰ ਕੀਤਾ ਕਿ ਤੁਸੀਂ ਨਿੱਜੀ ਬਹਿਸ ਦੇ ਵਿੱਚ ਉਹਨਾਂ ਦੇ ਦਿੱਤੇ ਰਸਤੇ ਨੂੰ ਅਪਣਾ ਕੇ ਉਹਦੇ 'ਤੇ ਗੱਲ ਜ਼ਰੂਰ ਕਰ ਸਕਦੇ। ਅੱਜ ਗੱਲ ਸਾਨੂੰ ਜੇ ਇਹ ਕਰਨੀ ਚਾਹੁੰਦੇ ਆ ਤਾਂ ਇਹ ਗੱਲ ਕਰਨ ਕਿ ਹਿੰਸਾ ਦੀ ਗੱਲ ਕੀਤੀ ਹੈ ਇਹਨਾਂ ਨੇ, ਅਤੇ ਹਿੰਸਾ ਤਾਂ ਇਹਨਾਂ ਨੇ ਆਪ ਕੀਤੀ ਹੈ, ਪਹਿਲਾਂ ਤਾਂ ਆਪ ਜਿਹੜੀ ਹਿੰਸਾ ਕੀਤੀ ਹੈ ਉਹਦੇ ਬਾਰੇ ਗੱਲ ਕਰਨ, ਜਿਹੜੇ ਇਹਨਾਂ ਦੇ ਪਿਤਾ ਨੇ, ਇਹਨਾਂ ਦੀ ਦਾਦੀ ਨੇ ਜੋ ਹਿੰਸਾ ਕੀਤੀ ਆ ਉਹ ਤਾਂ ਦੁਨੀਆਂ ਦੇ ਇਤਿਹਾਸ ਦੇ ਵਿੱਚ ਜਾਣੀ ਜਾਂਦੀ ਹੈ ਕਿ ਮਤਲਬ ਜਦੋਂ ਕਹਿੰਦੇ ਬੜਾ ਦਰਖਤ ਗਿਰਤਾ ਹੈ ਤਾਂ ਸਸਤੀ ਹਿਲਤੀ ਹੈ, ਅਤੇ ਬਹੁਤ ਵੱਡਾ ਇੱਕ ਜੁਰਮ ਕਰ ਚੁੱਕੇ ਨੇ ਇਹਨਾਂ ਦੇ ਵੱਡੇ ਵਡੇਰੇ, ਉਹ ਗੱਲ ਕਰਨੀ ਚਾਹੀਦੀ ਹੈ। ਗਰੇਵਾਲ ਜੀ, ਹੁਣ ਨੋਟਿਸ ਤਾਂ ਲਿਆ ਗਿਆ, ਕਿ ਕੋਈ ਐਕਸ਼ਨ ਵੀ ਲਿਆ ਜਾਏਗਾ? ਚਲੋ, ਐਕਸ਼ਨ ਤਾਂ ਸਾਡੀਆਂ ਵੱਡੀਆਂ ਸੰਸਥਾਵਾਂ ਇਸ ਗੱਲ ਬਾਰੇ ਕਹਿਣਗੀਆਂ, ਪਰ ਮੈਂ ਅਸੀਂ ਤਾਂ ਇਹੀ ਗੱਲ ਕਰਦੇ ਹਾਂ ਕਿ ਸਾਰਿਆਂ ਨੂੰ ਸਮਝਾਉਂਦੇ ਹਾਂ ਜੀ, ਇਸ ਕਿਨਾ ਸ਼੍ਰੀਮਾਨ ਦੇ ਕਰਕੇ ਸਾਰਿਆਂ ਨੂੰ ਇਹ ਗੱਲ ਸਮਝਾਉਂਦੇ ਹਾਂ ਕਿ ਤੁਹਾਡੀ ਆਪਣੀ ਇੱਕ ਨਿੱਜੀ ਬਹਿਸ ਆ, ਸਿਆਸੀ ਬਹਿਸ ਆ, ਤੁਹਾਡੀ ਲੋਕ ਸਭਾ ਦੀ ਬਹਿਸ ਆ, ਉਸ ਦੇ ਵਿੱਚ ਗੁਰੂ ਸਾਹਿਬਾਂ ਨੂੰ ਮੈਂ ਕਿਸੇ ਵੀ ਧਰਮ ਦੀ ਗੱਲ ਕਰਦਾ, ਉਹਨਾਂ ਨੇ ਸਾਰੇ ਗੁਰੂ ਜਿੰਨੇ ਵੱਖ ਵੱਖ ਧਰਮਾਂ ਦੇ ਆ ਜਿਹੜੇ ਪੈਗੰਬਰਾਂ ਦੀ ਗੱਲ ਕੀਤੀ ਆ, ਇਹਨਾਂ ਦੀ ਗੱਲ ਦੇ ਉੱਤੇ ਜਿਹੜੀ ਇਹ ਗੱਲ ਕਰਦੇ ਆ ਸਭੇ ਸਾਂਝੀਵਾਲ ਸਵੈ ਦੀ ਗੱਲ ਕਰਦੇ ਆ, ਉਹਨਾਂ ਦੇ ਰਸਤੇ ਤੇ ਚੱਲਣਾ ਚਾਹੀਦਾ, ਨਾ ਕਿ ਇਸ ਤਰ੍ਹਾਂ ਦੇ ਪ੍ਰਦਰਸ਼ਨ ਕਰਨੇ। ਗੁਰੂ ਦੇ ਫਲਸਫੇ ਦਾ ਸਤਿਕਾਰ ਕਰਨਾ, ਚੱਲਣਾ ਬਹੁਤ ਅੱਛੀ ਗੱਲ ਆ, ਜ਼ਿੰਦਗੀ ਸੁਧਰ ਜਾਂਦੀ ਆ ਦੁਨੀਆਂ ਦੇ ਅੰਦਰ ਇੱਕ ਮੁਕਾਮ ਪਾ ਸਕਦਾ ਕੋਈ ਵੀ ਬੰਦਾ ਜਿਹੜਾ ਗੁਰੂ ਸਾਹਿਬ ਦੇ ਫਲਸਫੇ ਤੇ ਚੱਲਦਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਆਪਣੇ ਆਪ ਨੂੰ ਮਤਲਬ ਸਭ ਧਰਮਾਂ ਦਾ ਸਾਂਝਾ ਸ਼ੋਅ ਕਰਨਾ,
ਮੈਂ ਕਹਿੰਦਾ ਦਿਲ ਤੋਂ ਕਰਨਾ ਚਾਹੀਦਾ, ਤੁਸੀਂ ਦਿਖਾ ਕੇ ਨਹੀਂ ਕਰਨਾ ਚਾਹੀਦਾ, ਸ਼੍ਰੋਮਣੀ ਕਮੇਟੀ ਨੇ ਇਹੀ ਗੱਲ। ਗਰੇਵਾਲ ਜੀ, ਸਪੀਕਰ ਸਾਹਿਬ ਨੂੰ ਤੁਸੀਂ ਕੀ ਦਰਖਾਸਤ ਕਰਨਾ ਚਾਹੋਗੇ? ਸਪੀਕਰ ਸਾਹਿਬ ਨੂੰ ਦਰਖਾਸਤ ਤਾਂ ਇਹੋ ਹੀ ਆ ਕਿ ਇਹੋ ਜਿਹੀਆਂ ਗੱਲਾਂ ਜਿਹੜੀਆਂ ਵਾ ਤੁਹਾਡੀ ਪਾਰਲੀਮੈਂਟ ਦੇ ਵਿੱਚ, ਕਿਸੇ ਧਰਮ ਦੇ ਪੈਰ ਪੈਗੰਬਰ ਗੁਰੂ ਔਲੀਏ ਦੀ ਤੌਹੀਨ ਨਹੀਂ ਹੋਣੀ ਚਾਹੀਦੀ। ਉਹਨਾਂ ਦੇ ਬਾਰੇ ਜਿਹੜੀ ਸ਼ਬਦ ਆ, ਜੇ ਤੁਹਾਨੂੰ ਨਹੀਂ ਪਤਾ ਤੇ ਤੁਸੀਂ ਉਹ ਨਾ ਬੋਲੋ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਗੁਰਚਰਨ ਸਿੰਘ ਗਰੇਵਾਲ, ਸਾਡੇ ਨਾਲ SGPC ਦੇ ਮੈਂਬਰ ਜੁੜੇ, ਜਿਨ੍ਹਾਂ ਦਾ ਕਹਿਣਾ ਸੀਗਾ ਕਿ ਨਿੱਜੀ ਬਹਿਸ 'ਚ ਕਿਸੇ ਵੀ ਧਰਮ ਦੇ ਗੁਰੂ ਨੂੰ ਵਿੱਚ ਨਾ ਲੈ ਕੇ ਆਇਆ ਜਾਏ। ਹਾਲਾਂਕਿ ਉਹਨਾਂ ਨੇ ਕਿਹਾ ਹੈ ਕਿ ਇਸ ਗੱਲ ਦਾ ਨੋਟਿਸ ਤੇ ਜ਼ਰੂਰ SGPC ਦੇ ਵੱਲੋਂ ਲਿਆ ਗਿਆ ਹੈ। ਇਹ ਅਭੇ ਮੁਦਰਾ ਨਹੀਂ, ਇੱਕ ਓਂਕਾਰ ਦਾ ਸੰਦੇਸ਼ ਹੈ, ਆ ਕਿਹਾ ਗਿਆ ਹੈ SGPC ਦੇ ਵੱਲੋਂ। ਤੇ ਗੁਰੂ ਜੀ ਦਾ ਕੋਈ ਵੀ ਆਸਣ ਜਾਂ ਮੁਦਰਾ ਦਾ ਕੋਈ ਸਿਧਾਂਤ ਨਹੀਂ ਹੈ। ਸਿੱਖ ਧਰਮ 'ਚ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਸਿਆਸੀ ਬਹਿਸ ਦਾ ਹਿੱਸਾ ਨਾ ਬਣਾਇਆ ਜਾਵੇ। ਉਹ ਅਸੀਂ ਪਿਛਲੇ ਦਿਨੀ ਪਾਰਲੀਮੈਂਟ ਦੇ ਵਿੱਚ, ਕਿਉਂਕਿ ਪਾਰਲੀਮੈਂਟ ਦੇ ਵਿੱਚ ਇਹ ਧਰਮ ਦੀਆਂ ਗੱਲਾਂ ਚੱਲੀਆਂ, ਸਿੱਖ ਧਰਮ ਜਿਹੜਾ ਗੁਰੂ ਨਾਨਕ ਦੇਵ ਪਾਤਸ਼ਾਹ ਸਿੱਖ ਪੰਥ ਦੇ ਬਾਨੀ, ਉਹਨਾਂ ਨੇ ਸਤਿਗੁਰੂ ਜੀ ਨੇ ਇੱਕ ਨਿੱਗਰ ਪੈਣਾ ਗੁਰ ਸ਼ਬਦ ਦੀਆਂ ਪਾਈਆਂ, ਉਹਨਾਂ ਨੇ ਹੁਣ ਤੋਂ ਹੀ ਆਹ ਧੂੜੀਆਂ ਦਿਖਾਉਣੇ ਜਾਂ ਇੱਕ ਆਪਣਾ ਧਿਆਨ ਲਾ ਕੇ ਬਹਿਣਾ, ਕਰਮ ਕਾਂਡ ਸਾਰਿਆਂ ਨੂੰ ਨਿੰਦਾ ਕੀਤੀ, ਜਿਹੜੇ ਵੱਖ ਵੱਖ ਸੈਕਟਾਂ 'ਚ ਵੰਡੇ ਹੋ ਸੀ, ਜਾਤ ਪਾਤ ਊਚ ਨੀਚ, ਉਹਨਾਂ ਸਾਰਿਆਂ ਨੂੰ ਇੱਕ ਸਮਤਲ 'ਤੇ ਲਿਆਂਦਾ। ਅਤੇ ਪਿਛਲੇ ਦਿਨੀ ਆਹ ਮੇਰੇ ਕੋਲ ਇੱਕ ਫੋਟੋ ਵੀ ਆਪਣੇ ਵਾਇਰਲ ਹੋਈ ਆ, ਜਿਹੜੀ ਰਾਹੁਲ ਗਾਂਧੀ ਸਾਹਿਬ ਨੇ ਉੱਥੇ ਇੱਕ ਅਭਿਆ ਮੁਦਰਾ ਦੀ ਫੋਟੋ ਸਤਿਗੁਰੂ ਜੀ ਦਾ, ਕਿਉਂਕਿ ਐਵੇਂ ਹੱਥ ਆਉਂਦਾ, ਉਹਨੂੰ ਇਹ ਦਰਸਾਇਆ ਕਿ ਇਹ ਵੀ ਉਹ ਅਭਿਆ ਮੁਦਰਾ ਆ, ਇਹਦਾ ਬਿਲਕੁਲ ਸਿੱਖ ਪੰਥ ਨਾਲ ਕੋਈ ਸੰਬੰਧ ਨਹੀਂ। ਗੁਰੂ ਨਾਨਕ ਦੇਵ ਪਾਤਸ਼ਾਹ ਦੀ ਜਿਹੜੀ ਫਲਸਫਾ ਆ ਉਹ ਇੱਕ ਓਂਕਾਰ ਦਾ ਫਲਸਫਾ ਆ, ਉਹਦੇ ਵਿੱਚ ਸਤਿਗੁਰੂ ਜੀ ਨੇ ਨੀਵਿਆਂ ਨੂੰ ਉੱਚੇ ਕੀਤਾ, ਗਰੀਬਾਂ ਨੂੰ ਉਹਨਾਂ ਨੂੰ ਉਹ ਰੁਤਬਾ ਬਖਸ਼ਿਸ਼ ਕੀਤਾ ਜਿਹੜਾ ਸਮਾਜ ਦੇ ਵਿੱਚ ਕਿਸੇ ਵੇਲੇ ਘਿਰਨਾ ਕੀਤੀ ਜਾਂਦੀ ਸੀ। ਸੋ ਅੱਜ ਦੀ ਇਹ ਜਿਹੜੀ ਸਾਡੀ ਅੰਤਰਿਕ ਕਮੇਟੀ ਹੈ ਨੇ ਇਹ ਵੀ ਮਤਾ ਪਾਸ ਕੀਤਾ ਕਿ ਸੰਸਦ ਅੰਦਰ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਅਤੇ ਉਹਨਾਂ ਦੀ ਤਸਵੀਰ ਨੂੰ ਆਧਾਰ ਬਣਾ ਕੇ ਕੀਤੀਆਂ ਟਿੱਪਣੀਆਂ ਦਾ ਨੋਟਸ ਲੈਂਦਿਆਂ ਸਪੱਸ਼ਟ ਕਰਦੀ ਹੈ ਕਿ ਗੁਰੂ ਸਾਹਿਬਾਨ ਦੀ ਪਾਵਨ ਗੁਰਬਾਣੀ ਅਤੇ ਸਿੱਖਿਆਵਾਂ ਨੂੰ ਸਿਆਸੀ ਬਹਿਸ ਦਾ ਹਿੱਸਾ ਨਹੀਂ ਬਣਾਉਣਾ ਚਾਹੀਦਾ। ਅਕਸਰ ਸਿਆਸੀ ਲੋਕ ਅਜਿਹਾ ਕਰਨ ਨਾਲ ਗੁਰੂ ਸਾਹਿਬਾਨ ਦੇ ਮੌਲਿਕ ਸਿਧਾਂਤਾਂ ਅਤੇ ਪਾਵਨ ਗੁਰਬਾਣੀ ਦੇ ਅਰਥਾਂ ਦੀ ਵਿਆਖਿਆ ਗਲਤ ਕੀਤੀ ਜਾਂਦੀ ਆ। ਅਤੇ ਅਸੀਂ ਸਪੀਕਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਅਗਾਂਹ ਤੋਂ ਇਹੋ ਜਿਹੀ ਕੋਈ ਘੋਰ ਬੇਅਦਬੀ ਕਿਸੇ ਮੈਂਬਰ ਨੂੰ ਵੀ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ। ਇਹ ਅਵਿਆ ਮੁੰਦਰਾ ਅਤੇ ਦੂਜਾ ਇਹਦੇ ਨਾਲ ਜਾਂ ਆਸਣ ਕਰਨ ਦਾ ਇਉਂ ਦਾ ਸਤਿਗੁਰੂ ਜੀ ਦਾ ਕੋਈ ਸਿਧਾਂਤ ਨਹੀਂ। ਸਤਿਗੁਰੂ ਜੀ ਦਾ ਪਵਿੱਤਰ ਸਿਧਾਂਤ ਉਹ ਜਿਹੜਾ ਇੱਥੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਆ। ਦਸਲਾ ਸੰਸਦ 'ਚ ਭਾਸ਼ਣ ਦੌਰਾਨ ਰਾਹੁਲ ਗਾਂਧੀ ਨੇ ਸਾਰੇ ਧਰਮਾਂ ਨਾਲ ਜੁੜੀਆਂ ਤਸਵੀਰਾਂ ਵਿਖਾਈਆਂ ਸਨ। ਇਸ ਦੌਰਾਨ ਉਹਨਾਂ ਗੁਰੂ ਨਾਨਕ ਦੇਵ ਜੀ ਦੀ ਵੀ ਤਸਵੀਰ ਵਿਖਾਉਂਦਿਆਂ ਕਿਹਾ ਸੀ ਕਿ ਗੁਰੂ ਜੀ ਦੀ ਇਸ ਤਸਵੀਰ 'ਚ ਵੀ ਅਭੈ ਮੁਦਰਾ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਡਰੋ ਨਾ, ਡਰਾਓ ਨਾ। ਵਾਹਿਗੁਰੂ ਜੀ ਦੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ। ਜਿਸ ਧਰਮ ਪਰ
आप हर रोज आक्रमण करते हो। गुरु नानक जी जो प्लीज नो प्लीज 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 माननीय सदस्य प्लीज गुरु नानक जी के चित्र में भी हम इनको इस तरीके से पूछते हैं, आप इस तरीके से टेबल पे मत रखो। सर कहाँ रखूँ सर? तरीका ठीक सर कहाँ रखूँ? यहाँ रख दूँ सर? आप यहाँ मत, यहाँ रख देता हूँ सर। सर गुरु नानक जी के चित्र में भी आपको अभय मुद्रा दिखाई देगा। गुरु नानक जी भी कहते हैं कि डरो मत डराओ मत। और पंजाब से गुरु नानक जी मक्का तक गए, थाईलैंड तक गए, अफगानिस्तान गए, श्रीलंका गए, किसी से हिंसा नहीं की, अहिंसा की बात की, सत्य की बात की और किसी को उन्होंने अपनी जिंदगी में नहीं डराया।